ਹਲਕਾ ਸਮਰਾਲਾ ਅਧੀਨ ਪੈਂਦੇ ਪਿੰਡ ਕੁੱਬੇ ਦੇ ਨੌਜਵਾਨ ਹਰਜੀਤ ਸਿੰਘ, ਜੋ ਕਿ ਰੋਜ਼ਗਾਰ ਲਈ ਸਾਊਦੀ ਅਰਬ ਗਿਆ ਸੀ ਅਤੇ ਉੱਥੇ ਉਸ ਨੂੰ ਇੱਕ ਕਤਲ ਦੇ ਕਥਿਤ ਦੋਸ਼ ਹੇਠ ਲੰਘੀ 28 ਫਰਵਰੀ ਨੂੰ ਫਾਂਸੀ ਦੇ ਦਿੱਤੀ ਗਈ ਅਤੇ ਉਸਦੇ ਬਜ਼ੁਰਗ ਮਾਪੇ ਅਤੇ ਪਰਿਵਾਰਕ ਮੈਂਬਰ, ਜੋ ਆਪਣੇ ਪੁੱਤਰ ਦੇ ਜਿਉਣ ਦੇ ਵਾਪਸ ਆਉਣ ਦਾ ਇੰਤਜ਼ਾਰ ਕਰ ਰਹੇ ਸਨ, ਹੁਣ ਉਸਦੀ ਲਾਸ਼ ਦੇਖਣੀ ਵੀ ਉਹਨਾਂ ਨੂੰ ਨਸੀਬ ਨਹੀਂ ਹੋਵੇਗੀ। ਮ੍ਰਿਤਕ ਹਰਜੀਤ ਸਿੰਘ ਦੇ ਵੱਡੇ ਭਰਾ ਗੁਰਦੇਵ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ 'ਚ ਗਰੀਬੀ ਹੋਣ ਕਾਰਨ 2007 ਵਿੱਚ ਰੁਜ਼ਗਾਰ ਲਈ ਉਹ ਸਾਊਦੀ ਅਰਬ ਗਿਆ ਅਤੇ ਪਰਿਵਾਰ ਨੇ ਕਰਜ਼ਾ ਚੁੱਕ ਕੇ ਉਸਨੂੰ ਵਿਦੇਸ਼ ਭੇਜਿਆ, ਜਿੱਥੇ ਉਹ ਕੰਪਨੀ ਅਲ ਮਜੀਦ ਵਿੱਚ ਡਰਾਈਵਰੀ ਕਰਨ ਲੱਗ ਪਿਆ। 2012 ਵਿੱਚ ਉਹ ਆਪਣੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਘਰ ਆਇਆ ਅਤੇ ਉਸ ਤੋਂ ਬਾਅਦ ਉਹ ਵਾਪਸ ਫੇਰ ਡਰਾਈਵਰੀ ਕਰਨ ਸਾਊਦੀ ਅਰਬ ਚਲਾ ਗਿਆ। ਅੱਛਾ ਜੀ, ਕੀ ਹੋਇਆ ਸੀ ਉਹਨਾਂ ਨਾਲ, ਕਿੱਥੇ ਗਿਆ ਹੋਇਆ ਸੀ? ਉੱਥੇ ਸਾਊਦੀ ਅਰਬ ਗਿਆ ਸੀ 2007 ਚ, ਉਦੋਂ ਬਾਅਦ 2012 ਵਾਪਸ ਆਇਆ ਸੀ। ਉਦੋਂ ਬਾਅਦ ਵਾਪਸ ਨਹੀਂ ਆਇਆ, ਉੱਥੇ ਕਹਿੰਦੇ ਵੀ ਕੋਈ ਝਗੜਾ ਹੋ ਗਿਆ ਸੀਗਾ ਕੰਪਨੀ 'ਚ, ਆਲਮਾਜ ਦਾ ਕੰਪਨੀ ਸੀਗੀ, ਉੱਥੇ ਟਰਾਲੇ ਦਾ ਡਰਾਈਵਰ ਸੀਗਾ, ਕਿਤੇ ਝਗੜਾ ਝੁਗੜਾ ਹੋਇਆ, ਇਹਨਾਂ ਨੂੰ ਚੱਕ ਚੁੱਕ ਕੇ ਲੈ ਗਏ ਉੱਥੇ। ਉਦੋਂ ਬਾਅਦ ਜਿਹੜਾ ਫੋਨ ਆਉਂਦਾ ਸੀ ਵੀ ਝਗੜੇ ਦਾ, ਸਾਨੂੰ ਚੱਕ ਕੇ ਲੈ ਗਏ। ਉਦੋਂ ਬਾਅਦ ਕਹਿੰਦਾ ਵੀ ਕਤਲ ਹੋ ਗਿਆ, ਉੱਥੇ ਝਗੜਾ ਹੀ ਹੋਇਆ ਸੀ, ਕਤਲ ਦਾ ਕੋਈ ਪਤਾ ਨਹੀਂ। ਸਾਨੂੰ ਡਾਇਰੈਕਟ ਫੋਨ 'ਚ ਕਿਸੇ ਦਾ ਨਹੀਂ ਆਇਆ, ਜਿਹੜੀਆਂ ਵਿੱਚ ਸੰਸਥਾ ਸੀਗੀਆਂ ਉਹਨਾਂ ਉਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ। ਤੁਸੀਂ ਕਿੱਥੇ ਪਹੁੰਚ ਕੀਤੇ ਕੋਈ ਗੱਲਬਾਤ? ਪਹੁੰਚ ਇੱਕ ਰਾਮੂ ਵਾਲੇ ਦੀ ਲੜਕੀ ਸੀਗੀ, ਅਬਰਾਏ ਸਾਹਿਬ ਸੀ, ਅਤੇ ਸੁਸ਼ਮਾ ਸਵਰਾਜ ਨੂੰ ਵੀ ਕਰੀ ਸੀਗੀ, ਠੀਕ ਹੈ ਨਾ, ਜਿਹੜੇ ਇੱਧਰ ਆਪਣੇ MLA ਨੇ ਉਹਨਾਂ ਨੂੰ ਵੀ ਕਰੀ ਸੀਗੀ। ਕੀ ਕਿਹਾ ਤੁਹਾਨੂੰ ਉਹਨਾਂ ਨੇ? ਹੈਂ, ਉਹਨਾਂ ਨੂੰ ਹੋ ਜੂਗਾ ਬਸ ਅਸੀਂ ਭਰੋਸਾ ਤੋਂ ਆਉਂਦੇ ਰਹੇ। ਕੀ ਲੱਗਦਾ ਵਾ, ਕੀ ਲੱਗਦਾ ਵਾ ਕਿ ਜੇ ਅਗਰ ਟਾਈਮ ਰਹਿੰਦੇ ਅਗਰ ਵਿਦੇਸ਼ ਮੰਤਰਾਲੇ ਕਾਰਵਾਈ ਕਰਦਾ ਤਾਂ ਤੁਹਾਡੇ? ਹੋ ਸਕਦੀ ਸੀ, ਸਭ ਕੁਛ ਹੁੰਦਾ ਕਿ ਜਿਵੇਂ ਉਗਰਾਜ ਸਾਹਿਬ ਪਹਿਲਾਂ ਵੀ ਲੈ ਕੇ ਆਏ ਨੇ ਬੰਦਿਆਂ ਨੂੰ, ਫਾਂਸੀ ਹੋ ਗਈ ਸੀਗੀ 7 ਮੁੰਡਿਆਂ ਨੂੰ ਦੁਬਈ ਦੇ ਅੰਦਰ, ਤੇ ਲੈ ਕੇ ਆਏ ਨੇ, ਕਰਨ ਨੂੰ ਤਾਂ ਸਾਰਾ ਕੁਝ ਕਰ ਸਕਦੇ। ਲੱਗਦਾ ਵਿਦੇਸ਼ ਮੰਤਰਾਲੇ ਦੀ ਅਣਗਹਿਲੀ ਹੈਗੀ ਹੈ। ਬਿਲਕੁਲ ਜੀ, ਬਿਲਕੁਲ, ਅਣਗਹਿਲੀ ਆ ਗੌਰਮੈਂਟ ਦੀ ਪੂਰੀ। ਕੋਈ ਹੁਣ ਤੱਕ ਪਹਿਲਾਂ ਕਈ ਸਾਲ ਹੋ ਗਏ, 5-6 ਸਾਲ ਹੋ ਗਏ, ਕੋਈ ਨਹੀਂ ਆ ਕੇ ਖੜਿਆ ਇੱਥੇ। ਅੱਛਾ ਜੀ, ਡੈਡ ਬੋਡੀ ਦੀ ਮੰਗ ਕਰੀ ਸੀ, ਉਹ ਨਹੀਂ, ਉੱਧਰੋਂ ਗੱਲ ਕਰੀ ਸੀ ਇੱਕ ਕੀ ਨਾ ਆਪਣਾ ਰਾਜਕੁਮਾਰ ਆ ਕੋਈ ਆਪਣੇ ਸਾਊਦੀਆ ਦੇ ਅੰਦਰ, ਕੋਈ ਆਪਣਾ ਇੰਡੀਆ ਦਾ ਅੰਬੈਸੀ ਦਾ ਮੈਂਬਰ, ਅਤੇ ਉਹਦੇ ਨਾਲ ਮੇਰੀ ਗੱਲ ਹੋਈ ਸੀਗੀ। ਉਹਨਾਂ ਨੂੰ ਮੈਂ ਪੁੱਛਿਆ ਵੀ ਤੁਸੀਂ ਦੱਸੋ ਵੀ ਇਹ ਚੀਜ਼ ਹੈਗੀ ਸਾਡੀ ਜਾਂ ਨਹੀਂ ਹੈਗੀ, ਸਾਨੂੰ ਲਾਰੇ 'ਚ ਕਾਹਨੂੰ ਰੱਖਣਾ, ਠੀਕ ਹੈ ਨਹੀਂ। ਉਹ ਕਹਿੰਦੇ 99% ਮੈਂ ਵੀ ਦੱਸ ਨਹੀਂ ਸਕਦਾ ਵੀ ਹੈ ਜਾਂ ਨਹੀਂ। ਹਰਜੀਤ ਸਿੰਘ ਦੇ ਬਜ਼ੁਰਗ ਪਿਤਾ ਬੁੱਧ ਸਿੰਘ ਅਤੇ ਮਾਤਾ ਜਸਵਿੰਦਰ ਕੌਰ ਤੋਂ ਇਲਾਵਾ ਸਾਰੇ ਪਰਿਵਾਰਕ ਮੈਂਬਰ ਇਸ ਗੱਲੋਂ ਹੈਰਾਨ ਹਨ ਕਿ ਬਿਨਾਂ ਕਿਸੇ ਪਰਿਵਾਰਕ ਮੈਂਬਰ ਨੂੰ ਸੂਚਿਤ ਕੀਤੇ ਬਿਨਾਂ ਅਤੇ ਭਾਰਤੀ ਐਮਬੈਸੀ ਨੂੰ ਦੱਸੇ ਬਿਨਾਂ ਸਾਊਦੀ ਅਰਬ ਦੀ ਸਰਕਾਰ ਨੇ ਹਰਜੀਤ ਸਿੰਘ ਨੂੰ 28 ਫਰਵਰੀ ਨੂੰ ਫਾਂਸੀ ਦੇ ਦਿੱਤੀ, ਜੋ ਕਿ ਸਰਾਸਰ ਧੱਕੇਸ਼ਾਹੀ ਹੈ। ਸਾਡੇ ਪਿੰਡ ਵਿੱਚ ਜੋ ਇਹ ਘਟਨਾ ਵਾਪਰੀ ਆ ਬਹੁਤ ਵਾਪਰੀ ਆ, ਅਸੀਂ ਸਰਕਾਰ ਕੋਲੋਂ ਵੀ ਬਹੁਤ ਤੱਕ MLA ਸਾਹਿਬ ਦੇ ਕਈ ਵਾਰ ਕਰਨੇ ਕੱਢਿਆ, ਮਹਾਰਾਣੀ ਪ੍ਰੀਤ ਕੌਰ ਤੱਕ ਵੀ ਅਸੀਂ ਗਏ ਹਾਂ ਵੀ ਸਾਡਾ ਬੱਚੇ ਦੇ ਕੇਸ ਬਾਰੇ ਕੁਛ ਸੋਚਿਆ। ਮੈਂ ਸਰਦਾਰ ਗੁਰਦੇਵ ਸਿੰਘ ਨੂੰ ਲੈ ਕੇ ਕਈ ਵਾਰ ਮਹਾਰਾਣੀ ਕੋਲ ਵੀ ਅਸੀਂ ਦਫ਼ਤਰ ਪਹੁੰਚਿਆ ਉੱਥੇ ਪਟਿਆਲੇ, ਸਾਡੀ ਕਿਸੇ ਨੇ ਵੀ ਨਹੀਂ ਸੋਈ। ਉਦੋਂ ਬਾਅਦ ਦੇ ਵਿੱਚ ਅਸੀਂ ਇਹ ਕਰਦੇ ਹਾਂ, ਲਾਸਟ ਤੱਕ ਵੀ ਪਹੁੰਚ ਕੀਤੀ, ਮੈਂ ਉਸ ਟਾਈਮ MLA ਸਾਹਿਬ ਦੇ ਕੋਲ ਬੈਠਾ ਸੀ, ਇਹ ਗੱਲ ਕਹੀ ਅਮਰੀਕ ਸਿੰਘ ਨੂੰ ਵੀ ਸਾਡੇ ਉਪਰਾਲਾ ਕਰੋ, ਸਾਡੇ ਬੰਦੇ ਮੈਸੇਜ ਜਾਂਦੇ ਆ ਚੰਡੀਗੜ੍ਹ, ਇਹ ਪਹੁੰਚੇ ਨੇ ਉੱਥੇ ਚੰਡੀਗੜ੍ਹ, ਕਿਸੇ ਨੇ ਵੀ ਸਾਡੀ ਸਰਕਾਰ ਨੇ ਸਾਰ ਨਹੀਂ ਲਈ, ਨਾ ਕਿਸੇ ਪ੍ਰਸ਼ਾਸਨ ਨੇ ਲਈ ਆ, ਅੱਜ ਤੱਕ ਪ੍ਰਸ਼ਾਸਨ ਇਹਨਾਂ ਦੇ ਘਰ ਤੱਕ ਵੀ ਨਹੀਂ ਪਹੁੰਚਿਆ। ਅਸੀਂ ਇਹ ਕਹਿੰਦੇ ਹਾਂ ਬਈ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ, ਅਸੀਂ ਇਹੀ ਚਾਹੁੰਦੇ ਹਾਂ ਵੀ ਇਹ ਬੱਚਿਆਂ ਦਾ ਜੋ ਇਹਨਾਂ ਦਾ ਮਾਪਿਆਂ ਦਾ ਸਹਾਰਾ ਬਣ ਕੇ ਕੋਈ ਮਾਲੀ ਮਦਦ ਕੀਤੀ ਜਾਵੇ ਇਸ ਪਰਿਵਾਰ ਦੀ, ਇਹਨਾਂ ਦੇ
ਤੌਰ ਤੇ ਜਿੰਨੀ ਕਿ ਇਹਨਾਂ ਦੀ ਸੇਵਾ ਮੰਤਰਾਲਾ ਕਰ ਸਕਦਾ ਉਹ ਕਰਨੀ ਚਾਹੀਦੀ। ਸਾਊਦੀ ਅਰਬ ਦੇ ਇਸ ਕਾਨੂੰਨ ਤਹਿਤ ਮ੍ਰਿਤਕ ਹਰਜੀਤ ਸਿੰਘ ਦੀ ਦੇਹ ਨੂੰ ਆਪਣੇ ਪਿੰਡ ਦੀ ਮਿੱਟੀ ਨਸੀਬ ਹੋਣੀ ਸੰਭਵ ਨਹੀਂ ਲੱਗਦੀ ਅਤੇ ਦੂਸਰੇ ਪਾਸੇ ਪਰਿਵਾਰ ਨੂੰ ਸਾਰੀ ਉਮਰ ਜਿੱਥੇ ਆਪਣੇ ਨੌਜਵਾਨ ਪੁੱਤਰ ਦੀ ਮੌਤ ਦਾ ਦੁੱਖ ਰਹੇਗਾ, ਉੱਥੇ ਇਹ ਵੀ ਗਮ ਰਹੇਗਾ ਕਿ ਉਹ ਆਪਣੇ ਪੁੱਤਰ ਨੂੰ ਆਖਰੀ ਵਾਰ ਦੇਖ ਵੀ ਨਹੀਂ ਸਕੇ ਅਤੇ ਨਾ ਹੀ ਉਸਦਾ ਅੰਤਿਮ ਸੰਸਕਾਰ ਕਰ ਸਕੇ। ਬਿਊਰੋ ਰਿਪੋਰਟ, ਲੁਧਿਆਣਾ ਵਿਊ।